ਠੀਕ ਆ, ਇੱਥੇ ਤਾਂ ਹੈ ਹੀ ਨਹੀਂ। ਜਦੋਂ ਚੀਜ਼ ਲੱਭਣੀ ਹੋਵੇ ਨਾ, ਉਦੋਂ ਟਾਈਮ ਤੇ ਨਹੀਂ ਲੱਭਦੀ ਹੈਗੀ। ਪਤਾ ਨਹੀਂ ਕਿੱਥੇ ਰੱਖਤਾ। ਕੀ ਹੋ ਗਿਆ ਭਾਬੀ, ਲੱਭਿਆ ਨਹੀਂ ਆਧਾਰ ਕਾਰਡ? ਉਧਰ ਵੀਰਾ ਗੱਡੀ ਚ ਬੈਠਾ, ਹੌਰਨ ਤੇ ਹੌਰਨ ਮਾਰੀ ਜਾਂਦਾ। ਰਾਜਵੀਰ ਦੇਖ ਹੀ ਰਹੀ ਆ, ਲੱਭ ਨਹੀਂ ਰਿਹਾ, ਪਤਾ ਨਹੀਂ ਕਿੱਥੇ ਰੱਖਿਆ ਹੋਇਆ। ਹਾਂ, ਮਿਲ ਗਿਆ ਮਿਲ ਗਿਆ ਮਿਲ ਗਿਆ, ਆ ਸੀ ਆਧਾਰ ਕਾਰਡ, ਲੈ ਫੜ ਤੇ ਛੇਤੀ ਜਾ। ਨਾਲੇ ਨਾ ਮੇਰੀ ਬੈਸਟ ਵਿਸ਼ਿਸ ਲੈ ਕੇ ਜਾਈ, ਜਿਹੜੇ ਕੰਮ ਤੂੰ ਜਾ ਰਹੀ ਹੈ, ਰੱਬ ਕਰੇ ਉਹ ਤੇਰਾ ਕੰਮ ਹੋ ਜੇ। ਆਲ ਦਾ ਬੈਸਟ। ਥੈਂਕ ਯੂ ਭਾਬੀ ਜੀ, ਹੁਣ ਮੈਂ ਜਾ ਰਹੀ ਹਾਂ, ਲੇਟ ਹੋ ਰਹੀ ਹਾਂ। ਹੋ ਜਾ ਜਾ ਜਲਦੀ। ਰੱਬਾ, ਜਿਵੇਂ ਖੁਸ਼ ਹੋ ਕੇ ਘਰੋਂ ਗਈ ਆ ਨਾ, ਉਵੇਂ ਖੁਸ਼ ਹੋ ਕੇ ਘਰੇ ਵਾਪਸ ਆਵੇ। ਇਹਨੂੰ ਨਾ ਇੱਕ ਚੰਗੀ ਜਿਹੀ ਨੌਕਰੀ ਮਿਲ ਜੇ ਤੇ ਇਹਦੇ ਵੀ ਦਿਨ ਬਦਲ ਜਾਣ। ਦਿਨ ਤਾਂ ਤੂੰ ਦੇਖ ਹੀ ਸਹੀ, ਕਿੰਨੇ ਸੋਹਣੇ ਬਦਲਦੇ ਨੇ ਇਹਦੇ। ਬੁੜੀ ਨੇ ਕਿਵੇਂ ਸੂਟਾਂ ਦਾ ਖਲਾਰਾ ਜਿਹਾ ਪਾ ਰੱਖਿਆ, ਸਮਾਉਣ ਨੂੰ ਤਾਂ ਨਹੀਂ ਇਹਨੇ ਕੱਢੇ ਹੋਣੇ। ਇਹ ਤਾਂ ਪਹਿਲਾਂ ਹੀ ਨਹੀਂ ਆਏ ਹੈਗੇ ਟੇਲਰ ਤੋਂ, ਹਜੇ ਜਿਹੜੇ ਸਿਉਣੇ ਦਿੱਤੇ ਹੋਏ ਸੀਗੇ। ਵੱਡੜੀ ਵਾਸਤੇ ਵੀ ਨਹੀਂ ਕੱਢੇ ਹੋਣੇ ਹੈਗੇ। ਉਹਦਾ ਕਿਹੜਾ ਕੋਈ ਦਿਨ ਤਿਉਹਾਰ ਆ ਵੀ ਕੋਈ ਜਨਮ ਦਿਨ ਹੋਵੇ, ਕੋਈ ਐਨੀਵਰਸਰੀ ਹੋਵੇ। ਜਨਮ ਦਿਨ ਤਾਂ ਮੇਰਾ ਵੀ ਨਹੀਂ ਆ ਰਿਹਾ ਵੈਸੇ, ਐਨੀਵਰਸਰੀ ਮੇਰੀ ਹੁਣੇ ਲੰਘ ਕੇ ਹਟੀ ਆ। ਫਿਰ ਅੱਛਾ, ਜੇ ਮੇਰਾ ਜਨਮ ਦਿਨ ਨਹੀਂ ਹੈਗਾ ਤਾਂ ਗੁਰੀ ਦਾ ਜਨਮ ਦਿਨ ਤਾਂ ਆ ਹੀ ਰਿਹਾ। ਮੰਮੀ ਨੇ ਨਾ ਜ਼ਰੂਰ ਐਂ ਸੋਚਿਆ ਹੋਣਾ ਵੀ ਗੁਰੀ ਨੂੰ ਤਾਂ ਨਾ ਮੈਂ ਪੈਂਟ ਸ਼ਰਟ ਗਿਫਟ ਕਰੂੰਗੀ ਹੀ ਕਰੂੰਗੀ, ਨਾਲ ਉਹਦੀ ਬਹੂ ਨੂੰ ਵੀ ਗਿਫਟ ਕਰ ਦਿੰਦੀ ਹਾਂ ਇੱਕ ਸੂਟ। ਜਾਣੀ ਕਿ ਮੈਨੂੰ ਸੂਟ ਮਿਲੂਗਾ। ਜੇ ਮੰਮੀ ਨੇ ਮੈਨੂੰ ਸੂਟ ਦੇਣਾ ਹੀ ਆ ਤਾਂ ਕਿਉਂ ਨਾ ਮੈਂ ਆਪਦੀ ਪਸੰਦ ਦਾ ਲੈ ਲਾਂ। ਆ ਜਾ ਪੁੱਤ, ਆ ਜਾ, ਮੈਂ ਤੈਨੂੰ ਹੀ ਡੀਕਦੀ ਸੀ। ਮੈਨੂੰ? ਇਹਦਾ ਮਤਲਬ ਮੇਰਾ ਸ਼ੱਕ ਬਿਲਕੁਲ ਸਹੀ ਸੀ। ਹਾਂਜੀ ਹਾਂਜੀ ਮੰਮੀ, ਆ ਗਈ ਮੈਂ, ਦੱਸੋ। ਦੇਖੀ ਪੁੱਤ, ਸੂਟ ਕਿਵੇਂ ਲੱਗੇ ਤੈਨੂੰ? ਸੋਹਣੇ ਹੈ ਨਾ, ਪਾਉਣ ਵਾਲੇ ਹੈ ਨਾ? ਹਾਂਜੀ ਮੰਮੀ, ਸੂਟ ਤਾਂ ਸਾਰੇ ਬਹੁਤ ਸੋਹਣੇ ਆ, ਨਾਲੇ ਗਰਮੀਆਂ 'ਚ ਪਾਉਣ ਵਾਲੇ ਆ। ਦੇਖੋ ਪ੍ਰਿੰਟ ਕਿੰਨੇ ਸੋਹਣੇ ਆ ਸਾਰਿਆਂ ਦੇ। ਅੱਛਾ ਪੁੱਤ, ਤੈਨੂੰ ਪਸੰਦ ਹੈ? ਫਿਰ ਠੀਕ ਹੈ, ਮੈਂ ਤਾਂ ਇਹੀ ਸੋਚੀ ਜਾਂਦੀ ਸੀ, ਪਤਾ ਨਹੀਂ ਪਸੰਦ ਆਉਣਗੇ, ਪਤਾ ਨਹੀਂ ਨਹੀਂ, ਕਿਉਂਕਿ ਸੂਟ ਮੈਂ ਸਾਰੇ ਅਲਮਾਰੀ 'ਚ ਰੱਖੇ ਹੋਏ ਕੱਢੇ ਆ। ਹੱਦ ਹੋ ਗਈ ਮੰਮੀ ਤੁਹਾਡੇ ਕੰਨੀਓ ਵੀ, ਚਾਹੇ ਤੁਸੀਂ ਆ ਸੂਟ ਅਲਮਾਰੀ 'ਚੋਂ ਕੱਢਿਆ, ਚਾਹੇ ਤੁਸੀਂ ਬਾਜ਼ਾਰੋਂ ਲੈ ਕੇ ਆਏ ਹੋ, ਪਰ ਮਾਂ ਦੀ ਦਿੱਤੀ ਹੋਈ ਚੀਜ਼ ਨਾ ਹਮੇਸ਼ਾ ਚੰਗੀ ਉਹ ਹੁੰਦੀ ਆ, ਮਾੜੀ ਥੋੜ੍ਹਾ ਹੁੰਦੀ ਆ, ਕਿਉਂਕਿ ਇਹਦੇ ਵਿੱਚ ਤਾਂ ਨਾ ਮਾਂ ਦਾ ਪਿਆਰ ਹੁੰਦਾ। ਹਾਂ ਪੁੱਤ, ਇਹ ਤਾਂ ਤੂੰ ਬਿਲਕੁਲ ਨਾ ਸਹੀ ਕਿਹਾ। ਤੈਨੂੰ ਪਤਾ ਇਹ ਸੂਟ ਨਾ ਸਾਰੇ ਤੇਰੇ ਮਾਮੇ ਕਿਆਂ ਨੇ ਦਿੱਤੇ ਹੋਏ ਨੇ, ਅਤੇ ਮੇਰੇ ਕੋਲ ਇਹ ਸੂਟ ਨਾ ਵਾਧੂ ਪਏ ਨੇ। ਤੈਨੂੰ ਤਾਂ ਪਤਾ ਹੀ ਹੈ ਪੁੱਤ, ਮੈਂ ਇਹ ਜੇ ਘੱਟ ਵੱਧ ਹੀ ਪਾਉਂਦੀ ਹਾਂ, ਤਾਂ ਹੀ ਤਾਂ ਸਾਹਮਣੇ ਪਏ ਨੇ। ਹਾਂਜੀ ਮੰਮੀ, ਉਹ ਤਾਂ ਮੈਨੂੰ ਪਤਾ, ਪਰ ਅੱਜ ਤੁਸੀਂ ਆ ਸੂਟਾਂ ਦਾ ਖਲਾਰਾ ਜਿਹਾ ਕਿਵੇਂ ਪਾਈ ਬੈਠੇ ਹੋ? ਪੁੱਤ, ਹੁਣ ਮੇਰੀ ਧੀ ਨੌਕਰੀ 'ਤੇ ਵੀ ਜਾਇਆ ਕਰੂਗੀ ਨਾ, ਹੁਣ ਫਿਰ ਉਹਨੂੰ ਰੋਜ਼ ਦੇ ਵਜੇ ਨਵਾਂ ਸੂਟ ਤਾਂ ਪਾਉਣ ਨੂੰ ਚਾਹੀਦਾ ਨਾ। ਨਾਲੇ ਪੁੱਤ, ਪਿਆ ਪਿਆ ਕੱਪੜਾ ਬੋਦਾ ਵੀ ਤਾਂ ਹੋ ਜਾਂਦਾ, ਮੈਂ ਤਾਂ ਕੱਢੇ ਸੀ ਵੀ ਦੇਖਿਆ ਇਹਨੇ ਤੂੰ ਸਮਾਉਣ ਵਾਲਾ ਕਿਹੜਾ। ਅੱਛਾ, ਤਾਂ ਬੁੜੀ ਨੇ ਮੇਰੇ ਲਈ ਨਹੀਂ ਆਪਦੀ ਧੀ ਲਈ ਕੱਪੜੇ ਕੱਢੇ ਸੀ। ਅਜੇ ਆਈ ਨੂੰ ਨਾ 4 ਦਿਨ ਨਹੀਂ ਹੋਏ, ਸਾਰਾ ਟੱਬਰ ਉਹਦੇ ਅੱਗੇ ਪਿੱਛੇ ਜੁੜਿਆ ਪਿਆ। ਕੋਈ ਗੱਲ ਨਹੀਂ, ਸਜਾ ਲੈ ਮਾਤਾ ਜਿੰਨੇ ਸੁਪਨੇ ਸਜਾਉਣੇ ਆ, ਪਰ ਨਾ ਤਾਂ ਮੈਂ ਤੇਰੀ ਧੀ ਨੂੰ ਇੱਥੇ ਟਿਕਣ ਦੇਣਾ ਅਤੇ ਨਾ ਹੀ ਉਹਨੂੰ ਨੌਕਰੀ ਮਿਲਣੀ ਆ। ਪੁੱਤ, ਉਹ ਕਿਹੜਾ ਵਿਚਾਰੀ ਉੱਥੋਂ ਇੰਨੇ ਕੱਪੜੇ ਲੈ ਕੇ ਹੈ,
ਮੈਂ ਕਿਹਾ ਮੇਰੇ ਕੋਲ ਵੀ ਤਾਂ ਪਈ ਹੈ ਨਾ, ਮੈਂ ਵੀ ਕੀ ਕਰਨੇ ਨੇ, ਉਹ ਵਿਚਾਰੀ ਸੰਭਾਲੂਗੀ, ਉਹਦੇ ਕੰਮ ਆ ਜਾਣਗੇ। ਹਾਂ ਹਾਂ ਮੰਮੀ, ਡਿਊਟੀ 'ਤੇ ਜਾਂਦੀ ਪਾ ਲਿਆ ਕਰੂਗੀ। ਅਤੇ ਹੋਰ ਪੁੱਤ, ਮਾਵਾਂ ਨੂੰ ਤਾਂ ਸਾਰਾ ਫਿਕਰ ਹੁੰਦਾ ਧੀਆਂ ਦਾ। ਹਾਂ ਹਾਂ ਮੰਮੀ, ਫਿਕਰ ਤਾਂ ਹੁੰਦਾ ਹੀ ਆ, ਪਰ ਸਿਰਫ ਧੀਆਂ ਦਾ, ਨੂੰਹਾਂ ਦਾ ਨਹੀਂ। ਵੀਰੇ ਕੀ ਗੱਲ ਹੋ ਗਈ, ਤੁਸੀਂ ਉੱਥੋਂ ਇੰਨਾ ਗੁੱਸੇ 'ਚ ਕਿਉਂ ਆ ਗਏ? ਕੀ ਗੱਲ, ਤੈਨੂੰ ਕੁਛ ਪਤਾ ਨਹੀਂ ਹੈਗਾ ਤੇਰੇ 'ਚ ਅਕਲ ਉਕਲ ਹੈਗੀ ਕਿ ਨਹੀਂ ਹੈਗੀ? ਤੂੰ ਇੰਨੀ ਲਾਪਰਵਾਹ ਕਿਵੇਂ ਹੋ ਸਕਦੀ ਹੈ? ਉਹ ਕੋਈ ਕੰਮ ਤਾਂ ਢੰਗ ਸਿਰ ਕਰ ਲਿਆ ਕਰ, ਕਾਗਜ਼ ਤੇਰੇ ਪੂਰੇ ਨਹੀਂ, ਤੁਰ ਪਈ ਨੌਕਰੀ ਕਰਨ। ਨਾ ਤੈਨੂੰ ਇੰਨਾ ਵੀ ਨਹੀਂ ਪਤਾ ਕਿ ਨੌਕਰੀ ਕਰਨ ਵਾਸਤੇ ਸਾਰੇ ਡਾਕੂਮੈਂਟਸ ਕਿੰਨੇ ਜ਼ਰੂਰੀ ਹੁੰਦੇ ਨੇ। ਵੀਰੇ ਮੈਨੂੰ ਪਤਾ, ਪਰ ਮੈਂ ਸੱਚ ਕਹਿੰਦੀ ਹਾਂ, ਮੈਂ ਸਾਰੇ ਡਾਕੂਮੈਂਟਸ ਨਾ ਲਿਫਾਫੇ 'ਚ ਪਾਏ ਸੀ, ਹੁਣ ਮੈਨੂੰ ਨਹੀਂ ਪਤਾ ਵੀ ਉਹ ਇੱਕ ਡਾਕੂਮੈਂਟ ਕਿੱਥੇ ਮਿਸ ਹੋ ਗਿਆ। ਪਾਏ ਸੀ ਲਿਫਾਫੇ 'ਚ, ਫਿਰ ਇਹ ਲਿਫਾਫਾ ਖਾ ਗਿਆ। ਜਾਦੂ ਹੀ ਲਿਫਾਫਾ ਆਉਣਾ ਹੈ ਫਿਰ ਤੇਰਾ, ਇਹ ਜਿਹੜੇ ਡਾਕੂਮੈਂਟ ਜ਼ਿਆਦਾ ਜ਼ਰੂਰੀ ਸੀ ਉਹ ਇਹਨੇ ਸਾਂਭ ਕੇ ਰੱਖ ਲਏ। ਪਰ ਵੀਰੇ ਮੈਨੂੰ ਚੰਗੀ ਤਰ੍ਹਾਂ ਯਾਦ ਆ, ਮੈਂ ਸਾਰੇ ਡਾਕੂਮੈਂਟਸ ਇਸ ਲਿਫਾਫੇ 'ਚ ਰੱਖੇ ਸੀ, ਕਿਤੇ ਹੋਰ ਨਹੀਂ। ਭੈਣੇ ਹਜੇ ਵੀ ਕੁਛ ਨਹੀਂ ਵਿਗੜਿਆ, ਇੱਕ ਵਾਰ ਧਿਆਨ ਨਾਲ ਸੋਚ ਲੈ ਕਿ ਉਹ ਡਾਕੂਮੈਂਟਸ ਤੂੰ ਕਿੱਥੇ ਰੱਖੇ ਨੇ। ਮੈਂ ਤਾਂ ਤੈਨੂੰ ਤਾਂ ਕਹਿਣਾ, ਤੇਰੇ ਸਾਹਮਣੇ ਸੀਗਾ ਉਹ ਦੂਜੀ ਕੁੜੀ ਜਿਹੜੀ ਆਈ ਸੀਗੀ, ਉਹਦੇ ਸਾਰੇ ਡਾਕੂਮੈਂਟਸ ਪੂਰੇ ਸੀ ਨਾ, ਕੰਪਨੀ ਵਾਲੇ ਨੇ ਉਹਨੂੰ ਝੱਟ ਰੱਖ ਲਿਆ। ਜੇ ਅੱਜ ਤੇਰੇ ਡਾਕੂਮੈਂਟਸ ਪੂਰੇ ਹੁੰਦੇ ਨਾ ਤਾਂ ਉਹ ਕੁੜੀ ਦੀ ਬਜਾਏ ਨੌਕਰੀ ਤੈਨੂੰ ਮਿਲਣੀ ਸੀ, ਸਿਰਫ ਇੱਕ ਡਾਕੂਮੈਂਟਸ ਦੀ ਵਜ੍ਹਾ ਨਾਲ ਸਾਰਾ ਕੰਮ ਖਰਾਬ ਹੋ ਗਿਆ। ਵੀਰੇ ਸ਼ਾਇਦ ਇਹ ਨੌਕਰੀ ਮੇਰੇ ਕਰਮਾਂ 'ਚ ਹੈ ਹੀ ਨਹੀਂ ਸੀ। ਭੈਣੇ ਇੱਕ ਗੱਲ ਮੇਰੀ ਅੱਜ ਤੂੰ ਧਿਆਨ ਨਾਲ ਸੁਣ ਲੈ, ਕਦੇ ਵੀ ਹਰ ਗੱਲ 'ਚ ਨਾ ਕਰਮਾਂ ਨੂੰ ਦੋਸ਼ ਨਹੀਂ ਦੇਣਾ ਚਾਹੀਦਾ, ਅਤੇ ਨਾ ਹੀ ਉਦਾਸ ਹੋਣਾ ਚਾਹੀਦਾ, ਨਾ ਹੀ ਰੋਣਾ ਧੋਣਾ ਚਾਹੀਦਾ। ਆਪਣੇ ਕਰਮ ਬੰਦੇ ਨੂੰ ਆਪ ਬਣਾਉਣੇ ਚਾਹੀਦੇ ਨੇ। ਉਹ ਤੈਨੂੰ ਪਤਾ ਵੀ ਹੈ ਕਿ ਤੇਰੀ ਨੌਕਰੀ ਵਾਸਤੇ ਮੈਂ ਕਿੰਨੇ ਪਾਪੜ ਵੇਲੇ ਨੇ ਅਤੇ ਕਿੰਨੀ ਸਿਫਾਰਸ਼ਾਂ ਪਵਾਈਆਂ ਨੇ, ਅਤੇ ਇੰਨਾ ਕੁਛ ਕਰਨ ਦੇ ਬਾਵਜੂਦ ਵੀ ਤੈਨੂੰ ਨੌਕਰੀ ਨਹੀਂ ਮਿਲੀ, ਸਿਰਫ ਇੱਕ ਛੋਟੀ ਜਿਹੀ ਤੇਰੀ ਗਲਤੀ ਕਰਕੇ। ਪਤਾ ਅੱਜ ਤੈਨੂੰ ਨੌਕਰੀ ਨਾ ਮਿਲਣ ਦਾ ਦੁੱਖ ਤੇਥੋਂ ਜ਼ਿਆਦਾ ਮੈਨੂੰ ਹੈ। ਵੀਰੇ ਜੋ ਹੋਣਾ ਸੀ ਉਹ ਹੋ ਗਿਆ, ਜੇ ਅੱਜ ਮੈਨੂੰ ਇਹ ਨੌਕਰੀ ਨਹੀਂ ਮਿਲੀ ਤਾਂ ਇਹਦਾ ਮਤਲਬ ਇਹ ਥੋੜ੍ਹਾ ਵੀ ਮੈਨੂੰ ਕੋਈ ਨੌਕਰੀ ਨਹੀਂ ਮਿਲੂਗੀ। ਨਾਲੇ ਅੱਗੇ ਤੋਂ ਵੀਰੇ ਮੈਂ ਪੂਰਾ ਧਿਆਨ ਰੱਖੂੰਗੀ, ਜਿਹੜੀ ਗਲਤੀ ਮੈਥੋਂ ਅੱਜ ਹੋਈ ਆ ਉਹ ਮੈਥੋਂ ਦੁਬਾਰਾ ਨਾ ਹੋਵੇ। ਦੇਖ ਭੈਣੇ ਤੂੰ ਮੇਰੀ ਗੱਲਾਂ ਦਾ ਨਾ ਗੁੱਸਾ ਨਾ ਕਰੀ, ਮੈਂ ਤੇਰਾ ਭਰਾ, ਮੈਨੂੰ ਤੇਰੀ ਫਿਕਰ ਹੁੰਦੀ ਹੈ। ਨਾਲੇ ਚੱਲ ਛੱਡ, ਤੂੰ ਮਨ ਨਾ ਉਦਾਸ ਕਰ, ਇਹ ਦੱਸ ਖਾਣਾ ਕੀ ਹੈ ਤੂੰ? ਨਹੀਂ ਵੀਰੇ ਮੇਰਾ ਨਹੀਂ ਕੁਛ ਖਾਣ ਨੂੰ ਜੀ ਕਰਦਾ। ਇਹਦਾ ਮਤਲਬ ਤੂੰ ਆਪਣੇ ਭਰਾ ਦੀ ਗੱਲਾਂ ਦਾ ਗੁੱਸਾ ਕਰਗੀ? ਉਹ ਨਹੀਂ ਨਹੀਂ ਵੀਰੇ, ਮੈਂ ਤੁਹਾਡੀਆਂ ਗੱਲਾਂ ਦਾ ਗੁੱਸਾ ਕਿਉਂ ਕਰੂੰਗੀ, ਇਹੋ ਜਿਹੀ ਕੋਈ ਗੱਲ ਨਹੀਂ। ਨਾਲੇ ਤੁਸੀਂ ਮੇਰੇ ਆਪਣੇ ਹੋ, ਬੇਗਾਨੇ ਥੋੜ੍ਹਾ, ਗੁੱਸਾ ਬੇਗਾਨਿਆਂ ਨਾਲ ਹੁੰਦਾ, ਆਪਣਿਆਂ ਨਾਲ ਨਹੀਂ। ਕੀ ਗੱਲ ਮੰਮੀ ਜੀ, ਐ ਗੇੜੇ ਜੇ ਕਿਉਂ ਕੱਢੀ ਜਾਂਦੇ ਹੋ, ਨਾਲੇ ਪਰੇਸ਼ਾਨ ਜੇ ਵੀ ਲੱਗਦੇ ਹੋ, ਕੋਈ ਗੱਲ ਆ? ਪੁੱਤ ਤੇਰਾ ਭਾਈ ਤੇ ਤੇਰੀ ਭੈਣ ਕਿੰਨਾ ਚਿਰ ਹੋ ਗਿਆ ਗਿਆਨ ਨੂੰ, ਹਜੇ ਤੱਕ ਨਹੀਂ ਆਏ, ਮੈਨੂੰ ਤਾਂ ਟੈਨਸ਼ਨ ਹੋਈ ਪਈ ਆ। ਗਿਆਨ ਨੂੰ ਵੀ ਕਾਫੀ ਟਾਈਮ ਹੋ ਗਿਆ, ਪਤਾ ਨਹੀਂ ਕੰਮ ਬਣਿਆ ਪਤਾ ਨਹੀਂ ਨਹੀਂ। ਮੰਮੀ ਤੁਸੀਂ ਤਾਂ ਐਵੇਂ ਫਿਕਰ ਕਰੀ ਜਾਂਦੇ ਹੋ, ਗਏ ਬੰਦੇ ਨੂੰ ਤਾਂ ਟਾਈਮ ਲੱਗ ਹੀ ਜਾਂਦਾ ਗਾ, ਨਾਲੇ ਜੋ ਵੀ ਹੋਇਆ ਹੋਣਾ ਠੀਕ ਹੀ ਹੋਇਆ ਹੋਣਾ।
ਵੀ ਦੇਖਿਓ ਸਹੀ, ਭੈਣ ਦੀ ਨੌਕਰੀ ਲੱਗ ਹੀ ਗਈ ਹੋਣੀ ਆ, ਨਾਲੇ ਮਠਿਆਈ ਦਾ ਡੱਬਾ ਨਾਲ ਲੈ ਕੇ ਆਊਗੀ ਉਹ। ਪੁੱਤ ਤੇਰੇ ਮੂੰਹ 'ਚ ਘਿਓ ਸ਼ੱਕਰ, ਰੱਬ ਕਰੇ ਜੋ ਤੂੰ ਕਹਿੰਦੇ ਨਾ ਉਹੀ ਗੱਲ ਸੱਚੀ ਹੋਵੇ। ਪਰ ਪੁੱਤ ਫਿਕਰ ਤਾਂ ਹੁੰਦਾ ਹੀ ਹੈ ਨਾ, ਮੇਰੀ ਧੀ ਪਹਿਲਾਂ ਹੀ ਦੁੱਖਾਂ ਦੀ ਮਾਰੀ ਹੈ, ਪਤਾ ਨਹੀਂ ਮੇਰੀ ਧੀ ਕਿਹੋ ਜਿਹੇ ਲੇਖ ਲਿਖਾ ਕੇ ਰਹੀ ਹੈ, ਲੋਕਾਂ ਦੀਆਂ ਧੀਆਂ ਰੰਗੀ ਵਸਦੀਆਂ ਨੇ, ਪਰ ਮੇਰੀ ਧੀ ਉਹਦੇ ਤਾਂ ਵਿਚਾਰੇ 'ਤੇ ਕਰਮਾਂ ਦਾ ਥੱਪੜ ਵੱਜਿਆ ਹੋਇਆ। ਮੰਮੀ ਤੁਸੀਂ ਐਂ ਕਿਉਂ ਕਰਨ ਲੱਗ ਜਾਂਦੇ ਹੋ, ਤੁਹਾਨੂੰ ਤਾਂ ਆਪਣੀ ਧੀ ਨੂੰ ਹੌਸਲਾ ਦੇਣਾ ਚਾਹੀਦਾ, ਪਰ ਤੁਸੀਂ ਤਾਂ ਆਪ ਹੀ ਢੇਰੀ ਢਾ ਕੇ ਬਹਿ ਜਾਂਦੇ ਹੋ, ਉਹਦੀ ਮਨ ਭਰ ਲੈਂਦੇ ਹੋ। ਕੀ ਕਰਾਂ ਪੁੱਤ, ਮੇਰੀ ਧੀ ਦੇ ਦੁੱਖਾਂ ਨੂੰ ਦੇਖ ਕੇ ਮੇਰਾ ਕਾਜਾ ਫੜ ਜਾਂਦਾ, ਮੇਰਾ ਮਨ ਭਰ ਆਉਂਦਾ। ਮੰਮੀ ਤੁਸੀਂ ਚੰਗਾ ਚੰਗਾ ਸੋਚਿਆ ਕਰੋ, ਤਾਂ ਹੀ ਤਾਂ ਚੰਗਾ ਹੋਊਗਾ, ਐਵੇਂ ਨਾ ਮਨ ਭਰਿਆ ਕਰੋ। ਤੁਹਾਨੂੰ ਐਵੇਂ ਰੋਂਦਾ ਦੇਖ ਕੇ ਨਾ ਮੇਰਾ ਮਨ ਵੀ ਬਹੁਤ ਦੁਖੀ ਹੁੰਦਾ ਗਾ। ਨਹੀਂ ਰੋਂਦੀ ਪੁੱਤ, ਤੂੰ ਦੁਖੀ ਨਾ ਹੋ, ਮੈਨੂੰ ਆਪਣੇ ਪੁੱਤਾਂ 'ਤੇ ਮਾਣ ਹੈ, ਮੇਰੇ ਸਾਹ ਲੈਂਦੇ ਨੇ। ਪਰ ਸੱਚੀ ਗੱਲ ਦੱਸਾਂ ਪੁੱਤ, ਆ ਕੁੜੀ ਕਹਿੰਦੀ ਉਹਨੇ ਮੇਰੀ ਜਾਨ ਬਹੁਤ ਦੁਖੀ ਹੋਈ ਪਈ ਹੈ। ਮੰਮੀ ਮੇਲਾ ਦਾ ਵੀਰੇ ਹੁਰੀ ਆ ਗਏ, ਤੁਸੀਂ ਨਾ ਆਪਣਾ ਮੂਡ ਠੀਕ ਕਰ ਲਓ, ਭੈਣ ਨੂੰ ਨਾ ਪਤਾ ਚੱਲੇ ਵੀ ਤੁਸੀਂ ਰੋ ਕੇ ਹਟੇ ਹੋ, ਨਹੀਂ ਤਾਂ ਉਹਦਾ ਮਨ ਵੀ ਦੁਖੀ ਹੋਣਾ। ਜਾ ਜਾ ਪੂੰਜ ਲਾ ਆਪਦੀ ਭੈਣ ਦੇ ਹੰਝੂ, ਨੌਕਰੀ ਤਾਂ ਉਹਨੂੰ ਮਿਲੀ ਨਹੀਂ ਹੋਣੀ। ਆ ਗਈ ਭੈਣੇ, ਲਿਆ ਫਿਰ ਫੜਾ ਭੈਣੇ ਮਠਿਆਈ ਦਾ ਡੱਬਾ, ਨੌਕਰੀ ਲੱਗ ਗਈ ਹੋਣੀ ਆ ਤੇਰੀ, ਕਰਾ ਮੂੰਹ ਮਿੱਠਾ। ਕੀ ਗੱਲ ਭੈਣੇ, ਤੂੰ ਚੁੱਪ ਕਿਉਂ ਖੜੀ ਆ, ਬੋਲਦੀ ਕਿਉਂ ਨਹੀਂ ਕੁਛ? ਅੱਛਾ ਹੁਣ ਸਮਝਿਆ, ਕੰਜੂਸੀ ਵਰਤਣ ਲੱਗੀ ਹੋਈ ਆ ਭੈਣੇ, ਮੂੰਹ ਤਾਂ ਤੈਨੂੰ ਮਿੱਠਾ ਕਰਾਉਣਾ ਪਊਗਾ ਚਾਹੇ ਕੁਛ ਵੀ ਹੋ ਜੇ। ਕਿੰਨਾ ਭੋਲਾ ਇਹਦਾ ਭਰਾ, ਚਿਹਰੇ ਦੀ ਨਾ ਰੰਗਤ ਹੀ ਉੱਡੀ ਪਈ ਆ, ਸਾਫ ਸਾਫ ਪਤਾ ਲੱਗਦਾ ਵੀ ਕੰਮ ਹੀ ਨਹੀਂ ਬਣਿਆ। ਚਲੋ ਚੰਗਾ ਹੀ ਹੋਇਆ, ਵੈਸੇ ਵੀ ਮੈਂ ਵੀ ਤਾਂ ਇਹੀ ਚਾਹੁੰਦੀ ਸੀ। ਵੀਰੇ ਕੀ ਗੱਲ, ਭੈਣ ਚੁੱਪ ਕਰਕੇ ਅੰਦਰ ਆ ਗਈ, ਮੇਰੀ ਕੋਈ ਗੱਲ ਦਾ ਜਵਾਬ ਹੀ ਨਹੀਂ ਦਿੱਤਾ। ਕੀ ਗੱਲ, ਕੰਮ ਬਣਿਆ ਨਹੀਂ, ਨੌਕਰੀ ਲੱਗੀ ਨਹੀਂ ਉਹਦੀ? ਕੀ ਦੱਸਾਂ ਗੁਰੀ, ਉਹੀ ਕੰਮ ਹੋ ਗਿਆ ਜਿਹਦਾ ਡਰ ਸੀਗਾ, ਇਹਦੇ ਤਾਂ ਡਾਕੂਮੈਂਟਸ ਹੀ ਪੂਰੇ ਨਹੀਂ ਸੀਗੇ, ਤਾਂ ਨੌਕਰੀ ਕਿੱਥੋਂ ਲੱਗਦੀ? ਕੀ ਡਾਕੂਮੈਂਟ ਪੂਰੇ ਨਹੀਂ ਸੀ? ਜੀ ਆ ਗਏ ਤੁਸੀਂ, ਉਹ ਮੈਂ ਤਾਂ ਤੁਹਾਨੂੰ ਕਦੋਂ ਦੀ ਡਿੱਕੀ ਜਾਂਦੀ ਹਾਂ, ਐਂ ਕਰਦੀ ਹਾਂ ਪਹਿਲਾਂ ਨਾ ਦੀਦੀ ਨੂੰ ਮਿਲ ਆਉਂਦੀ ਹਾਂ, ਜਾ ਕੇ ਉਹਨਾਂ ਨੂੰ ਵਧਾਈ ਦੇ ਆਉਂਦੀ ਹਾਂ, ਨਾਲੇ ਨਾ ਉਹਨਾਂ ਦਾ ਮੂੰਹ ਮਿੱਠਾ ਕਰਾਉਂਗੀ ਮੈਂ, ਅੱਜ ਉਹਨਾਂ ਲਈ ਸਪੈਸ਼ਲ ਖੀਰ ਬਣਾਈ ਆ। ਮਨਦੀਪ, ਉਹਨੂੰ ਕਿਸ ਗੱਲ ਦੀ ਵਧਾਈਆਂ ਦੇਵੇਂਗੀ ਤੂੰ? ਵਧਾਈਆਂ ਤਾਂ ਖੁਸ਼ੀਆਂ ਦੀ ਦਿੱਤੀ ਜਾਂਦੀਆਂ ਨੇ। ਆ ਤੁਸੀਂ ਕੀ ਕਹੀ ਜਾਂਦੇ ਹੋ, ਭੈਣ ਨੂੰ ਨੌਕਰੀ ਤਾਂ ਮਿਲ ਗਈ? ਉਹ ਨਹੀਂ ਮਿਲੀ ਉਹਨੂੰ ਨੌਕਰੀ। ਨਹੀਂ ਮਿਲੀ? ਪਰ ਕਿਉਂ, ਭੈਣ ਤਾਂ ਇੰਨੀ ਪੜ੍ਹੀ ਲਿਖੀ ਆ, ਫਿਰ ਨੌਕਰੀ ਕਿਉਂ ਨਹੀਂ ਮਿਲੀ ਉਹਨੂੰ? ਉਹ ਇਕੱਲਾ ਪੜ੍ਹਿਆ ਲਿਖਿਆ ਹੋਣਾ ਜ਼ਰੂਰੀ ਨਹੀਂ ਹੁੰਦਾ, ਕਾਗਜ਼ ਪੱਤਰ ਵੀ ਕੋਲ ਹੋਣੇ ਚਾਹੀਦੇ ਨੇ, ਜਦੋਂ ਉਹਦੇ ਕੋਲ ਕਾਗਜ਼ ਪੱਤਰ ਹੀ ਪੂਰੇ ਨਹੀਂ ਸੀ ਫਿਰ ਕਿੱਥੋਂ ਮਿਲਦੀ ਨੌਕਰੀ? ਪਰ ਭੈਣ ਤਾਂ ਕਹਿੰਦੀ ਸੀ ਵੀ ਉਹਦੇ ਕੋਲ ਡਾਕੂਮੈਂਟਸ ਸਾਰੇ ਹੀ ਪੂਰੇ ਨੇ। ਉਹ ਨਹੀਂ ਸੀ ਪੂਰੇ,
ਤਾਂ ਹੀ ਤਾਂ ਹੱਥੋਂ ਇੰਨੀ ਵਧੀਆ ਨੌਕਰੀ ਚਲੀ ਗਈ। ਚਲੋ ਕੋਈ ਨਾ, ਤੁਸੀਂ ਨਾ ਬਾਹਲੀ ਟੈਨਸ਼ਨ ਨਾ ਲਓ, ਹੋਰ ਮਿਲ ਜੂਗੀ ਨੌਕਰੀ, ਨਾਲੇ ਜੋ ਕਿਸਮਤ 'ਚ ਲਿਖਿਆ ਹੁੰਦਾ ਉਹੀ ਤਾਂ ਹੁੰਦਾ। ਉਹ ਬਸ ਮੈਨੂੰ ਤੁਹਾਡੀ ਆਹੀ ਗੱਲਾਂ ਚੰਗੀਆਂ ਨਹੀਂ ਲੱਗਦੀਆਂ। ਪਹਿਲਾਂ ਤਾਂ ਤੁਸੀਂ ਅਣਗਹਿਲੀਆਂ ਕਰਦੇ ਹੋ, ਫਿਰ ਹਰ ਗੱਲ 'ਤੇ ਕਿਸਮਤ ਨੂੰ ਦੋਸ਼ ਦੇਣ ਲੱਗ ਜਾਂਦੀ ਹੋ। ਉਹ ਹੁਣ ਐਂ ਕਰ, ਮੈਨੂੰ ਸਿਰਦਰਦ ਦੀ ਗੋਲੀ ਲਿਆ ਦੇ, ਮੈਂ ਗੋਲੀ ਖਾ ਕੇ ਬਿੰਦ ਚੱਟ ਆਰਾਮ ਕਰ ਲਾਂ। ਠੀਕ ਆ ਜੀ, ਮੈਂ ਹੁਣੀ ਗੋਲੀ ਅਤੇ ਪਾਣੀ ਲੈ ਕੇ ਆਉਂਦੀ ਹਾਂ। ਨਹੀਂ ਜਸਵਿੰਦਰ ਕੁਰੇ, ਸਤਿ ਸ਼੍ਰੀ ਅਕਾਲ ਤਾਈ ਜੀ। ਨਹੀਂ ਕੁੜੇ ਮਨਦੀਪ, ਤੇਰੀ ਸੱਸ ਕਿੱਥੇ ਆ? ਘਰ ਆ ਕੇ ਕਿਤੇ ਗਈ ਹੋਈ ਆ? ਕਿੰਨੇ ਦਿਨ ਹੋ ਗਏ, ਨਾ ਤਾਂ ਮੈਂ ਉਹਨੂੰ ਦੇਖਿਆ, ਨਾ ਉਹਨੇ ਮੇਰੇ ਘਰੇ ਗੇੜਾ ਮਾਰਿਆ, ਹੈਗੀ ਕਿੱਥੇ ਆ ਉਹ? ਤਾਈ ਜੀ, ਮੰਮੀ ਜੀ ਤਾਂ ਘਰੇ ਹੀ ਨੇ, ਤੁਹਾਨੂੰ ਤਾਂ ਪਤਾ ਹੀ ਆ ਵੀ ਕਿੰਨੇ ਦਿਨਾਂ ਤੋਂ ਤੇਜ਼ ਧੁੱਪ ਪੈ ਰਹੀ ਆ, ਅਤੇ ਭੈਣ ਵੀ ਘਰੇ ਆਈ ਹੋਈ ਆ, ਤਾਂ ਕਰਕੇ ਬਸ ਮੰਮੀ ਬਾਹਰ ਹੀ ਨਹੀਂ ਨਿਕਲੇ। ਤੁਸੀਂ ਐਂ ਕਰੋ, ਇੱਥੇ ਮੰਜੇ 'ਤੇ ਬੈਠੋ, ਮੈਂ ਮੰਮੀ ਨੂੰ ਬੁਲਾ ਕੇ ਲਿਆਉਂਦੀ ਹਾਂ। ਮੰਮੀ ਜੀ, ਤਾਈ ਜੀ ਆਏ ਨੇ ਬਾਹਰ, ਤੁਹਾਨੂੰ ਬੁਲਾ ਰਹੇ ਨੇ। ਪੁੱਤ, ਮੇਰਾ ਨਹੀਂ ਕਿਸੇ ਨਾਲ ਗੱਲ ਕਰਨ ਨੂੰ ਜੀ ਕਰਦਾ, ਕਹਿੰਦੇ ਉਹਨੂੰ ਵੀ ਮੰਮੀ ਤਾਂ ਸੁੱਤੀ ਪਈ ਹੈ। ਮੰਮੀ, ਆਈ ਢਹਿ ਢਹਿ ਰੀਟਾ ਕੇ ਬੈਠਣ ਨਾਲ ਤਾਂ ਕੁਛ ਹੋਣ ਹੋ ਰਿਹਾ, ਨਾਲੇ ਕਿੰਨਾ ਕੁ ਚਿਰ ਆਪਾਂ ਆਏ ਗਏ ਨੂੰ ਮਨਾ ਕਰਦੇ ਰਹਾਂਗੇ, ਉਹਨਾਂ ਦਾ ਸਾਹਮਣਾ ਤਾਂ ਆਪਾਂ ਨੂੰ ਕਰਨਾ ਹੀ ਪਊਗਾ। ਤਾਂ ਫਿਰ ਅੱਜ ਤੋਂ ਕਿਉਂ ਨਹੀਂ, ਉਹ ਹਿੰਮਤ ਰੱਖੋ ਅਤੇ ਚੱਲੋ ਮੇਰੇ ਨਾਲ ਬਾਹਰ, ਕਿਉਂਕਿ ਆਪਾਂ ਕੁਛ ਗਲਤ ਨਹੀਂ ਕੀਤਾ। ਦਿਲ ਤਾਂ ਨਹੀਂ ਕਰਦਾ ਪੁੱਤ ਮੇਰਾ, ਪਰ ਜੇ ਤੂੰ ਕਹਿੰਦੀ ਹੈ ਤਾਂ ਚੱਲ ਚੱਲੀਏ। ਠੀਕ ਹੈ ਭੈਣੇ, ਤੂੰ ਨਾ ਅੱਜ ਕਿਵੇਂ ਗੇੜਾ ਮਾਰਿਆ? ਮੈਂ ਤਾਂ ਤੇਰਾ ਪਤਾ ਲੈਣ ਨੂੰ ਗੇੜਾ ਮਾਰਿਆ, ਨਾਲੇ ਭੈਣੇ ਮੈਂ ਤਾਂ ਠੀਕ ਠਾਕ ਹਾਂ, ਪਰ ਤੂੰ ਮੈਨੂੰ ਠੀਕ ਨਹੀਂ ਲੱਗਦੀ ਹੈਗੀ। ਕਿੰਨੇ ਦਿਨ ਹੋ ਗਏ ਭੈਣੇ, ਨਾ ਮੈਂ ਤੈਨੂੰ ਕਦੇ ਅੰਦਰ ਬਾਹਰ ਦੇਖਿਆ, ਨਾ ਕਦੇ ਤੇਰਾ ਬੋਲ ਬੁਲਾਰਾ ਸੁਣਿਆ, ਕੀ ਗੱਲ, ਸੁੱਖ ਤਾਂ ਹੈ? ਹਾਂ ਭੈਣੇ, ਸਭ ਠੀਕ ਠਾਕ ਹੈ। ਅਸਲ 'ਚ ਨਾ ਮੇਰੀ ਧੀ ਆਈ ਹੋਈ ਹੈ, ਸਾਰਾ ਦਿਨ ਉਸੇ ਕੋਲ ਬੈਠੀ ਰਹਿੰਦੀ ਹਾਂ। ਬਾਕੀ ਤਾਂ ਤੈਨੂੰ ਪਤਾ ਹੀ ਹੈ ਭੈਣੇ, ਧੁੱਪ ਕਿੰਨੀ ਤੇਜ਼ ਪੈ ਰਹੀ ਹੈ, ਬਾਹਰ ਨਿਕਲਣ ਦਾ ਜੀ ਨਹੀਂ ਕਰਦਾ। ਹਾਂ ਭੈਣੇ, ਗੱਲ ਤਾਂ ਤੂੰ ਸਹੀ ਕਹਿੰਦੀ ਹੈ, ਐਤਕੀ ਤਾਂ ਗਰਮੀ ਨੇ ਸਾਰੇ ਰਿਕਾਰਡ ਤੋੜਤੇ, ਬੰਦਿਆਂ ਨੂੰ ਤਾਂ ਸੁੱਕਣੇ ਪਾਇਆ ਪਿਆ। ਨਾਲੇ ਦੇਖਿਆ ਸੀ ਮੈਂ ਰਾਜਵੀਰ ਨੂੰ ਆਉਂਦੀ ਨੂੰ, ਬਸ ਮੇਰੇ ਤੋਂ ਗੇੜਾ ਹੀ ਨਹੀਂ ਲੱਗਿਆ ਹੈਗਾ। ਮੈਂ ਸੋਚਿਆ ਹੁਣ ਤੱਕ ਤਾਂ ਚਲੀ ਗਈ ਹੋਣੀ ਹੈ, ਵਿਆਹੀਆਂ ਵਰੀਆਂ ਕੁੜੀਆਂ ਦਾ ਕਿੱਥੇ ਸਰਦਾ ਪਿੱਛੇ। ਗੱਲ ਤਾਂ ਤਾਈ ਜੀ ਤੁਸੀਂ ਬਿਲਕੁਲ ਠੀਕ ਕਹਿ ਰਹੇ ਹੋ, ਪਰ ਐਤਕੀ ਵਾਰ ਨਾ ਅਸੀਂ ਭੈਣ ਨੂੰ ਰੋਕ ਲਿਆ, ਉਹ ਕਿੰਨੇ ਦਿਨਾਂ ਬਾਅਦ ਤਾਂ ਆਏ ਨੇ ਉਹ। ਅੱਛਾ, ਗਈ ਨਹੀਂ ਹੁਣ ਤੱਕ, ਇੱਥੇ ਹੀ ਆ? ਮੈਂ ਤਾਂ ਸੁਣਿਆ ਸੀ ਕਿ ਉਹਦੀ ਸੱਸ ਦੇ ਗੋਡੇ ਗਾਡੇ ਦੁੱਖਦੇ ਨੇ, ਉਹ ਤਾਂ ਕੰਮ ਨਹੀਂ ਹੁੰਦਾ ਨਾ। ਜਦ ਭੈਣੇ ਉਹਦਾ ਸਰਦਾ ਹੀ ਨਹੀਂ ਘਰੇ, ਫਿਰ ਤੁਸੀਂ ਕਿਉਂ ਰੱਖ ਲਿਓ? ਨਾਲੇ ਵਿਆਹੀਆਂ ਵਰੀਆਂ ਕੁੜੀਆਂ ਤਾਂ ਆਪਣੇ ਘਰੇ ਚੰਗੀਆਂ ਲੱਗਦੀਆਂ ਨੇ, ਨਾ ਕਿ ਪੇਕੇ ਘਰੇ। ਤੁਹਾਡੇ ਦੋਨਾਂ ਦੇ ਚਿਹਰੇ ਉੱਡੇ ਦੇਖ ਕੇ ਮੈਨੂੰ ਐਂ ਕਿਉਂ ਲੱਗਦਾ ਵੀ ਵਿੱਚੋਂ ਗੱਲ ਕੁਛ ਹੋ ਰਹੀ ਆ? ਲੈ ਭੈਣੇ, ਮੈਂ ਤਾਂ ਕਹਿੰਦੀ ਹਾਂ, ਮੈਂ ਕਿਹੜਾ ਕੋਈ ਬਗਾਨੀ ਹੈ, ਤੁਹਾਡੀ ਆਪਦੀ ਹੋਈ ਹਾਂ, ਰਾਜਵੀਰ ਜਿਹੀ ਤੁਹਾਡੀ ਧੀ, ਉਹੀ ਜੀ ਮੇਰੀ ਧੀ। ਨਾਲੇ ਭੈਣੇ ਤੁਹਾਨੂੰ ਥੋੜ੍ਹੀ ਮਾੜੀ ਸਲਾਹ ਦਊਂਗੀ ਮੈਂ,
ਇਹ ਤਾਂ ਹੈ ਤਾਈ ਜੀ, ਪਰ ਨਾ ਗੱਲ ਵਿੱਚੋਂ ਕੁਛ ਨਹੀਂ ਹੈਗੀ ਜੋ ਤੁਸੀਂ ਸਮਝੀ ਜਾਂਦੇ ਹੋ। ਤੂੰ ਤਾਂ ਐਂ ਕਹਿੰਦੀ ਹੈ ਕੁੜੇ ਜਿਵੇਂ ਮੈਂ ਆਪਣਾ ਝਾਟਾ ਧੁੱਪ 'ਤੇ ਚਿੱਟਾ ਕੀਤਾ ਹੋਵੇ। ਕੋਈ ਨਾ ਕੋਈ ਗੱਲ ਤਾਂ ਜ਼ਰੂਰ ਹੈਗੀ ਆ, ਸਭ ਜਾਣਦੀ ਹਾਂ ਮੈਂ। ਨਾਲੇ ਜਿਹੜੀ ਕੁੜੀ ਵਿਆਹ ਮਗਰੋਂ ਇੱਕ ਦਿਨ ਨਹੀਂ ਰਹੀ ਉਹ ਇੰਨੇ ਦਿਨ ਕੀ ਮਰੇਗੀ? ਨਾਲੇ ਕੁੜੇ ਮਨਦੀਪ ਤੂੰ ਮੈਨੂੰ ਕੀ ਚਾਰਦੀ ਆ? ਬਾਹਲੀ ਚਲਾਕ ਨਾ ਮੇਰੇ ਮੂਹਰੇ ਬਣਿਆ ਕਰ। ਨਾਲੇ ਤੇਰੀ ਸੋਚ ਜਿੱਥੇ ਜਾ ਕੇ ਖਤਮ ਹੁੰਦੀ ਆ ਨਾ ਮੇਰੀ ਸ਼ੁਰੂ ਹੁੰਦੀ ਆ, ਸਭ ਜਾਣਦੀ ਆ ਮੈਂ। ਨਹੀਂ ਭੈਣੇ ਤੂੰ ਗਲਤ ਸਮਝਦੀ ਹੈ, ਤੈਨੂੰ ਇਹਨੇ ਕੀ ਚਾਰਨਾ? ਜਦੋਂ ਵਿੱਚੋਂ ਕੋਈ ਗੱਲ ਹੈ ਹੀ ਨਹੀਂ ਤੈਨੂੰ ਫਿਰ ਕੀ ਦੱਸੀਏ? ਗੱਲ ਸੁਣ ਲਾ ਜਸਵਿੰਦਰ ਕੁਰੇ, ਦੱਸਣਾ ਨਾ ਦੱਸਣਾ ਤੇਰੀ ਮਰਜ਼ੀ ਆ, ਪਰ ਮੈਂ ਤਾਂ ਇਹੀ ਜਿਹੀ ਹਾਂ ਤੁਰੇ ਜਾਏ ਬੰਦੇ ਦੀ ਤੋਰ ਪਹਿਚਾਣ ਲੈਂਦੀ ਹਾਂ ਵੀ ਉਹ ਕਿਹੜੇ ਕੰਮ ਚੱਲੀ ਆ। ਨਾਲੇ ਮੈਨੂੰ ਸਭ ਪਤਾ, ਕੁੜੀ ਦੀ ਸਹੁਰੇ ਨਾਲ ਕੋਈ ਅਣਬਣ ਹੋਈ ਹੋਈ ਆ, ਉਹ ਤਾਂ ਹੀ ਤਾਂ ਇੰਨੇ ਦਿਨਾਂ ਦੀ ਇੱਥੇ ਬੈਠੀ ਆ, ਤਾਂ ਹੀ ਤਾਂ ਉਹਨੂੰ ਪਰਾਹੁਣਾ ਲੈਣ ਨਹੀਂ ਆਇਆ। ਤਾਈ ਜੀ ਜਦ ਤੁਹਾਨੂੰ ਮੰਮੀ ਉਦੋਂ ਦੇ ਕਹੀ ਜਾਂਦੇ ਨੇ ਵੀ ਕੋਈ ਗੱਲ ਨਹੀਂ, ਫਿਰ ਤੁਸੀਂ ਉਹਨਾਂ ਨੂੰ ਧੱਕੇ ਨਾ ਕਿਉਂ ਮਨਾਉਣ ਲੱਗੇ ਹੋਏ ਹੋ ਵੀ ਕੋਈ ਗੱਲ ਹੈਗੀ ਆ? ਨਾਲੇ ਮੈਨੂੰ ਇੱਕ ਗੱਲ ਦੱਸੋ ਤਾਈ ਜੀ, ਕਿਉਂ ਇਹ ਮੇਰਾ ਘਰ ਨਹੀਂ ਹੈਗਾ, ਮੈਂ ਇੱਥੇ ਰਹਿ ਨਹੀਂ ਸਕਦੀ? ਨਾ ਮੰਮੀ ਵੱਲ ਕੀ ਦੇਖਦੇ ਹੋ ਘੂਰ ਘੂਰ ਕੇ? ਇਹ ਮੇਰਾ ਘਰ ਆ ਤਾਈ ਜੀ, ਤੇ ਜਿੰਨਾ ਚਿਰ ਮੇਰਾ ਜੀ ਕਰੂਗਾ ਨਾ ਮੈਂ ਇੱਥੇ ਹੀ ਰਹੂੰਗੀ। ਨੀ ਕੁੜੇ ਪੁੱਤ, ਨਾ ਖੈਰ ਨਾ ਸੁੱਖ, ਤੂੰ ਤਾਂ ਸਿੱਧਾ ਇਹ ਕੇ ਤਾਈ ਦੇ ਗਲੇ ਪੈ ਗਈ। ਚੱਲ ਮੇਰਾ ਤਾਂ ਕੋਈ ਨਹੀਂ, ਮੈਨੂੰ ਤਾਂ ਜਿਹੜਾ ਕੁਛ ਬੋਲਣਾ ਸੀ ਬੋਲ ਪਿਆ, ਪਰ ਆਪਣੀਆਂ ਭਰਜਾਈਆਂ ਮੂਹਰੇ ਨਾ ਇੱਦਾਂ ਬੋਲ ਪਈ, ਕਿਉਂਕਿ ਉਹਨਾਂ ਨੇ ਨਹੀਂ ਸੁਣਨੀ ਤੇਰੀ ਕੋਈ ਗੱਲ, ਉਹਨਾਂ ਨੇ ਤਾਂ ਸਿੱਧਾ ਤੈਨੂੰ ਘਰੋਂ ਬਾਹਰ ਕੱਢਣਾ। ਤਾਈ ਜੀ ਆ ਕੇ ਬੋਲੀ ਜਾਂਦੇ ਤੁਸੀਂ ਭੈਣ ਨੂੰ? ਕਿਉਂ ਬੋਲਣਾ ਨਾ, ਜਿਸ ਹਿਸਾਬ ਨਾਲ ਇਹ ਮੈਨੂੰ ਬੋਲਿਆ ਨਾ ਆ ਕੇ, ਵਿੱਚੋਂ ਜ਼ਰੂਰ ਗੱਲ ਕੋਈ ਹੋਰ ਆ। ਨਾਲੇ ਕੀ ਪਤਾ ਭੱਜ ਭੱਜ ਪੈਂਦੀ ਹੋਵੇ ਆਪਣੀ ਸੱਸ ਨੂੰ, ਇਹੀ ਲੱਛਣ ਉੱਥੇ ਫੜੇ ਹੁਣ, ਤਾਂ ਹੀ ਤਾਂ ਇੱਥੇ ਬੈਠੀ ਹੈ।